ਹਾਂਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਮਾਤ 12 ਵਿਸ਼ਾ ਇਤਿਹਾਸ ਦਾ ਤੁਹਾਡਾ ਪਾਠ ਨੰਬਰ 11 ਅਬਦੁੱਲ ਸੰਦਖਾਂ ਜ਼ਕਰੀਆ ਖਾਂ ਅਤੇ ਮੀਰ ਮੰਨੂ ਅਤੇ ਉਹਨਾਂ ਦੇ ਸਿੱਖਾਂ ਨਾਲ ਸੰਬੰਧ ਕਿ ਬਹੁਤ ਇੰਪੋਰਟੈਂਟ ਚੈਪਟਰ ਹੈਗਾ ਇਹਦੇ ਸਭ ਤੋਂ ਪਹਿਲਾਂ ਆਪਾਂ ਵਸਤੂनिष्ठ ਜਿਹੜੇ ਪ੍ਰਸ਼ਨ ਹੈਗੇ ਉਹ ਹੱਲ ਕਰ ਦੇਵਾਂਗੇ ਤਾਂ ਨੰਬਰ 1 ਹੈਗਾ ਆਪਣੇ ਕੋਲ ਬੰਦਈ ਖਾਲਸਾ ਵਾਲੇ ਸਿੱਖ ਕਿਹੜੇ ਰੰਗ ਦੇ ਕੱਪੜੇ ਪਹਿਨਦੇ ਸਨ ਹਾਂਜੀ ਇਹ ਬੰਦਈ ਖਾਲਸਾ ਵਾਲੇ ਸੀ ਵੀ ਉਹ ਲਾਲ ਰੰਗ ਦੇ ਕੱਪੜੇ ਪਹਿਨਦੇ ਸੀ ਠੀਕ ਹੈ ਜਿਹੜੇ ਤੱਤ ਖਾਲਸਾ ਵਾਲੇ ਸੀ ਉਹ ਨੀਲੇ ਰੰਗ ਦੇ ਕੱਪੜੇ ਪਹਿਨਦੇ ਸੀ ਤੱਤ ਖਾਲਸਾ ਵਾਲੇ ਨੀਲੇ ਬੰਦਈ ਖਾਲਸਾ ਵਾਲੇ ਲਾਲ ਕੱਪੜੇ ਨੰਬਰ 2 ਭਾਈ ਤਾਰਾ ਸਿੰਘ ਨੇ ਕਿੰਨੇ ਸਾਥੀਆਂ ਨਾਲ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ ਹਾਂਜੀ 22 ਸਾਥੀਆਂ ਨਾਲ ਪ੍ਰਸ਼ਨ ਨੰਬਰ 3 ਜ਼ਕਰੀਆ ਖਾਨ ਨੇ ਸਿੱਖਾਣਨ ਸਮਝੋਤਾ ਕਦੋਂ ਕੀਤਾ 1733 ਦੇ ਵਿੱਚ ਠੀਕ ਹੈ ਉਹਨਾਂ ਨੇ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਕਿ ਜ਼ਗੀਰ ਦਿੱਤੀ ਠੀਕ ਹੈ 1 ਲੱਖ ਰੁਪਏ ਦੀ ਤੇ ਨਾਲ ਜਿਹੜੇ ਨਵ ਕਪੂਰ ਸਿੰਘ ਸਿੰਘ ਨੂੰ ਨਵਾਬ ਦਾ ਖਿਤਾਬ ਦਿੱਤਾ ਸੀ ਨੰਬਰ 4 ਫਰਮਿੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਕਿਹੜੇ ਚੌਧਰੀ ਦਾ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਸਿਰ ਵੜ ਦਿੱਤਾ ਸੀ ਹਾਂਜੀ ਕੌਣ ਸੀ ਵੀ ਮੱਸਾ ਰੰਗੜ ਨੰਬਰ 5 ਜ਼ਕਰੀਆ ਖਾਂ ਦੀ ਮੌਤ ਕਦੋਂ ਹੋਈ 1745 ਦੇ ਵਿੱਚ ਪ੍ਰਸ਼ਨ ਨੰਬਰ 6 ਪਹਿਲਾ ਕ ਲੋਕ ਹਰਾ ਕਿੱਥੇ ਵਾਪਰਿਆ ਹਾਂਜੀ ਕਿੱਥੇ ਵਾਪਰਿਆ ਸੀ ਵੀ ਕਾਨੂੰਬਾਨ ਵਿਕੇ ਮੀਰ ਮੰਨੂ ਦਾ ਅਸਲ ਨਾਮ ਕੀ ਸੀ ਮੁਇਨ ਉਲ ਮੁਲਕ ਇਹ ਕੇਵਲ ਪ੍ਰਸ਼ਨ ਪੁੱਛ ਲੈ ਜਾਂਦਾ ਪੇਪਰ ਦੇ ਵਿੱਚ ਮੀਰ ਮੰਨੂ ਦਾ ਅਸਲ ਨਾਮ ਜਾਂ ਮੋਢਲਾ ਨਾਮ ਕੀ ਸੀ ਮੁਇਨ ਉਲ ਮੁਲਕ ਇਸ ਤੋਂ ਆਪਾਂ ਖਾਲੀ ਥਾਮਾਂਗੇ ਨੰਬਰ 1 ਅਬਦੁੱਸ ਸਮਦ ਖਾਨ ਨੂੰ ਲਾਹੌਰ ਦਾ ਸੂਬੇਦਾਰ ਡੈਸ਼ ਨੇ ਨਿਯੁਕਤ ਕੀਤਾ ਹਾਂਜੀ ਫਰਖਸ਼ੀਅਰ ਨੰਬਰ 2 ਡੈਸ਼ ਦੀ ਸ਼ੀਧੀ ਤੋਂ ਬਾਅਦ ਸਿੱਖ ਤਤ ਖਾਲਸਾ ਦੇ ਬੰਦਈ ਖਾਲਸਾ ਵਿੱਚ ਬੰਦੇ ਗਏ ਹਾਂਜੀ ਬੰਦਾ ਸਿੰਘ ਬਹਾਦਰ ਦੀ ਸ਼ੀਧੀ ਤੋਂ ਬਾਅਦ ਤਤ ਖਾਲਸਾ ਤੇ ਬੰਦਈ ਖਾਲਸਾ ਵਿੱਚ ਸਮਝੌਤਾ ਕਿਸ ਨੇ ਕਰਵਾਇਆ ਸੀ ਭਾਈ ਮਨੀ ਸਿੰਘ ਨੇ ਨੰਬਰ 4 ਸਿੱਖਾਂ ਦੀ ਸ਼ਹੀਦੀ ਕਾਰਨ ਡੈਸ਼ ਦਾ ਨਾਮ ਸ਼ਹੀਦਗੰਦ ਪੈ ਗਿਆ ਸੀ ਠੀਕ ਹੈ ਨਕਸ਼ਾ ਨਾਂ ਦੇ ਸਥਾਨ ਦਾ ਨੰਬਰ 5 ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਡੈਸ਼ ਇਸਵੀ ਵਿੱਚ ਸੰਗਠਿਤ ਕੀਤਾ ਹਾਂਜੀ 29 ਮਾਰਚ 1748 ਸਿੱਖਾਂ ਨੂੰ ਸੰਗਠਿਤ ਕਰਕੇ ਉਹਨਾਂ ਨੇ ਦਲ ਖਾਲਸਾ ਨਾਮ ਦੀ ਇੱਕ ਸੰਸਥਾ ਬਣਾਈ ਸੀ ਜ਼ਈਆ ਖਾਂ ਡੈਸ਼ ਦਾ ਪੁੱਤਰ ਸੀ ਜ਼ਕਰੀਆ ਖਾਂ ਦਾ ਜ਼ਈਆ ਖਾਂ ਜ਼ਕਰੀਆ ਖਾਂ ਦਾ ਪੁੱਤਰ ਸੀ ਨੰਬਰ 7 ਡੈਸ਼ ਦੇ ਨਰਮ ਰਵਈਏ ਕਾਰਨ ਸਿੱਖ ਉਸਨੂੰ ਮਿੱਠਾ ਮਲ ਕਹਿੰਦੇ ਸੀ ਹਾਂਜੀ ਕੋੜਾ ਮਲ ਠੀਕ ਹੈ ਇਹ ਜ਼ਕਰੀਆ ਖਾਨ ਦੇ ਅਧੀਨ ਸੀ ਕਾਫੀ ਵਾਰ ਇਸ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਤੋਂ ਰੋਕਿਆ ਸੀ ਇਸ ਕਰਕੇ ਉਸ ਨੂੰ ਮਿੱਠਾ ਮਲ ਕੇ ਜਾਂਦਾ ਸੀ ਇਸ ਤੋਂ ਬਾਅਦ ਸਹੀ ਗਲਤ ਆ ਗਿਆ ਆਪਣੇ ਕੋਲ ਨੰਬਰ 1 ਅਬਦੁੱਲ ਸਮਦ ਖਾਨ 1734 ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਨਹੀਂ ਇਹ ਕੀ ਹੈ ਗਲਤ ਨੰਬਰ 2 ਜ਼ਕਰੀਆ ਖਾਨ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਨਹੀਂ ਇਹ ਵੀ ਗਲਤ ਨੰਬਰ 3 ਨਸ਼ੇਰੇ ਦਾ ਚੌਧਰੀ ਸਾਹਿਬ ਰਾਏ ਆਪਣੇ ਘੋੜੇ ਸਿੱਖਾਂ ਦੇ ਖੇਤਾਂ ਵਿੱਚ ਛੱਡ ਦਿੰਦਾ ਸੀ ਹਾਂਜੀ ਇਹ ਸਹੀ ਹੈ ਠੀਕ ਹੈ ਇਹ ਘੋੜੇ ਸਿੱਖਾਂ ਦੇ ਖੇਤਾਂ ਦੇ ਵਿੱਚ ਬਹੁਤ ਨੁਕਸਾਨ ਕਰਦੇ ਸੀ ਨੰਬਰ 4 ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ 12 ਜੱਥੇ ਬਣਾਏ ਨਹੀਂ ਠੀਕ ਹੈ ਤੇ ਪਹਿਲਾਂ ਹੀ ਆਲਰੇਡੀ 12 ਜੱਥੇ ਬਣੇ ਆਏ ਸੀ ਠੀਕ ਹੈ ਜਿਨ੍ਹਾਂ ਅਸੀਂ ਸਿੱਖ ਮਿਸਲਾਂ ਬੋਲਦੇ ਆਂਗੇ ਤਰੋਨਾ ਦਲ ਦਾ ਮੁੱਖ ਕੰਮ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਸੀ ਹਾਂਜੀ ਇਹ ਸਹੀ ਹੈ ਵੀ ਦੋ ਦਲ ਬਣ ਗਏ ਸੀ ਬੁੱਢਾ ਦਲ ਤੇ ਤਰੁਣਾ ਦਲ ਤਰੁਣਾ ਦਲ ਦਾ ਮਕਾ ਜਿਹੜਾ ਕੰਮ ਸੀ ਉਹ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਸੀ ਜਿਹੜਾ ਬੁੱਢਾ ਦਲ ਦਾ ਕੰਮ ਸੀ ਉਹ ਗੁਰਦੁਆਰਿਆਂ ਤੇ ਸਿੱਖ ਜਿਹੜੇ ਪਰਿਵਾਰ ਸੀ ਉਹਨਾਂ ਦੀ ਰੱਖਿਆ ਕਰਨਾ ਸੀ ਨੰਬਰ 6 ਭਾਈ ਤਾਰੂ ਸਿੰਘ ਨੂੰ ਉਹਨਾਂ ਦੀ ਖੋਪਰੀ ਉਤਾਰ ਕੇ ਸ਼ਹੀਦ ਕੀਤਾ ਗਿਆ ਜੀ ਸਹੀ ਹੈ ਵੀ ਨੰਬਰ 7 ਦੀਵਾਨ ਕੋੜਾ ਮੰਨ ਲੈ ਗੁਰੂ ਸ਼ਬਦ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ ਨਹੀਂ ਨੰਬਰ 8 ਪਹਿਲੇ ਕੱਲੂ ਘਾਰੇ ਵਿੱਚ ਮੁਗਲ ਫੌਜ ਦੇ ਗਵਾਈ ਅਦੀਨਾ ਵੇ ਕਰ ਰਿਆ ਸੀ ਇਹ ਸਹੀ ਹੈ ਪਹਿਲੇ ਕੱਲੇ ਘਰ ਨੂੰ ਛੋਟਾ ਕੱਲੂ ਘਰਾ ਵੀ ਕਹਿੰਦਾ ਹੈ ਵੀ ਸਹੀ ਹੈ ਠੀਕ ਹੈ ਇਹਨੂੰ ਕੱਲੂ ਘਰਾ ਕਿਉਂ ਕਹਿੰਦਾ ਕਿਉਂਕਿ ਇਸ ਤੋਂ ਪਹਿਲਾਂ ਸਿੱਖਾਂ ਦਾ ਇੰਨਾ ਕਦੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਜਿੰਨਾ ਇਹਨਾਂ ਘਟਨਾਵਾਂ ਦੁਆਰਾ ਹੋਇਆ ਠੀਕ ਹੈ ਹਾਂ ਜਿਸ ਤਰ੍ਹਾਂ ਮਾਇਨੇ ਮੈਂ ਪੂਰਾ ਵੀ ਮੀਰ ਮੰਨੂ ਦੀ ਸਿੱਖਾਂ ਬ੍ਰਧ ਸਫਲਤਾ ਦੇ ਕਾਰਨ ਕਿਹੜੇ-ਕਿਹੜੇ ਕਾਰਨ ਸੀ ਜਿਸ ਕਰਕੇ ਮੀਰ ਮੰਨੂ ਸਿੱਖਾਂ ਦੇ ਵਿਰੁੱਧ ਸਫਲ ਰਿਹਾ ਪਹਿਲਾ ਸੀ ਦਲ ਖਾਲਸਾ ਦੀ ਜਥੇਬੰਦੀ ਤੇ ਦੂਸਰਾ ਸਿੱਖਾਂ ਦੇ ਅਸਧਾਰਨ ਗੁਣ ਦੀਵਾਨ ਕੋੜਾ ਮਲ ਦਾ ਸਿੱਖਾਂ ਨੂੰ ਸਹਾਇਕ ਦੇਣਾ ਸਿੱਖਾਂ ਦੀ ਗੁਰੀਲਾ ਯੋਧੇ ਨੀਤੀ ਅਦੀਨਾ ਬੇਗ ਦੀ ਦੋ ਰੰਗੀ ਨੀਤੀ ਮੀਰ ਮੰਨੂ ਦੀਆਂ ਸਮੱਸਿਆਵਾਂ ਠੀਕ ਹੈ ਇਹਨੂੰ ਤੁਸੀਂ ਵੋਇਨ ਸੁਣ ਕੇ 2 2 3 3 ਲਾਈਨਾਂ ਦੇ ਵਿੱਚ ਡਿਫਾਈਨ ਕਰ ਸਕਦੇ ਹਾਂ ਜਿਹਦੇ ਨਾਲ ਸਾਡਾ 3 ਅਤੇ 5 ਨੰਬਰ ਦਾ ਜਿਹੜਾ ਪ੍ਰਸ਼ਨ ਹੈ ਉਹ ਤਿਆਰ ਹੋ ਜਾਏਗਾ। ਹਾਂਜੀ ਤੇ ਇਹ ਪਾਰਟ ਨੰਬਰ 11 ਸੀ ਆਪਾਂ ਨਾਲ ਹੀ ਇਸ ਵੀਡੀਓ ਦੇ ਵਿੱਚ ਪਾਰਟ ਨੰਬਰ 12 ਹੱਲ ਕਰਾਂਗੇ। ਦਲ ਖਾਲਸਾ ਦੀ ਉਤਪਤੀ ਅਤੇ ਇਸ ਦੀ ਯੁੱਧ ਪ੍ਰਣਾਲੀ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੀਆਂ ਸੰਪਰਦਾਵਾਂ ਵਿੱਚ ਵੰਡੇ ਗਏ ਇੱਕ ਤਤ ਖਾਲਸਾ ਬਣ ਗਈ ਸੀ ਦੂਜੀ ਬੰਦਈ ਖਾਲਸਾ। ਤਤ ਖਾਲਸਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੇ ਸੀ ਤੇ ਬੰਦਈ ਖਾਲਸਾ ਵਾਲੇ ਬੰਦਾ ਸਿੰਘ ਬਹਾਦਰ ਦੇ ਸਿਧਾਂਤਾਂ ਦੇ ਵਿੱਚ ਤਾਂ ਇਹਦੇ ਲਈ ਈਡੀ অপਸ਼ਨ ਸਹੀ ਹੈ ਦੇਗੀ ਊੜਾ ਅਤੇ ਆੜਾ ਦੋਵੇਂ ਨੰਬਰ 2 ਜ਼ਕਰੀਆ ਖਾਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ 1733 ਦੇ ਵਿੱਚ ਨੰਬਰ 3 ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਿਸ ਨੇ ਕੀਤੀ ਸੀ ਨਵਾਬ ਕਪੂਰ ਸਿੰਘ ਨੇ ਠੀਕ ਹੈ ਨਵਾਬ ਕਪੂਰ ਸਿੰਘ ਫੈਜ਼ਲਪੁਰਿਆ ਮਿਸਲ ਦੇ ਨੇਤਾ ਸੀ ਨੰਬਰ 4 ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਕੀਤੀ ਗਈ 1734 ਦੇ ਵਿੱਚ ਨੰਬਰ 5 14 ਅਕਤੂਬਰ 1745 ਈਸਵੀ ਦੇ ਗੁਰਮਤਿ ਅਨੁਸਾਰ ਸਿੱਖਾਂ ਦੇ ਕਿੰਨੇ ਜਥੇ ਬਣਾਏ ਗਏ 25 ਨੰਬਰ 6 ਸਰਬਤ ਖਾਲਸਾ ਦਾ ਸਮਾਗਮ ਕਦੋਂ ਬੁਲਾਇਆ ਗਿਆ ਹਾਂਜੀ ਦੀਵਾਲੀ ਦੇ ਮੌਕੇ ਤੇ ਤੇ ਬਸਾਖੀ ਦੇ ਮੌਕੇ ਤੇ ਦੋ ਵਾਰ ਬੁਲਾਇਆ ਜਾਂਦਾ ਸੀ ਊੜਾ ਤੇ ਆੜਾ ਦੋਨੇ অপਸ਼ਨ ਇਹ ਦਿਲ ਹੀ ਸਹੀ ਨੇ ਨੰਬਰ 7 ਸਰਬਤ ਖਾਲਸਾ ਦਾ ਸਮਾਗਮ ਕਿੱਥੇ ਬੁਲਾਇਆ ਜਾਂਦਾ ਸੀ ਹਾਂਜੀ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਕਿੱਥੇ ਬੁਲਾਇਆ ਜਾਂਦਾ ਸੀ ਯਾਦਦਰ ਅੰਮ੍ਰਿਤਸਰ ਦੇ ਵਿੱਚ ਇਸ ਤੋਂ ਖਾਲਿਸਤਾਨ ਦਲ ਖਾਲਸਾ ਦੀ ਸਥਾਪਨਾ ਡੈਸ਼ ਇਸ ਵੀ ਵਿੱਚ ਹੋਈ 29 ਮਾਰਚ 1748 ਠੀਕ ਹੈ ਤੁਹਾਨੂੰ ਇੱਕ ਨੰਬਰ ਦਾ ਪ੍ਰਸ਼ਨ ਆਏਗਾ ਦਲ ਖਾਲਸਾ ਦੀ ਸਥਾਪਨਾ ਕਦੋਂ ਹੋਈ 29 ਮਾਰਚ 1748 ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਕਿਹਨੂੰ ਬਣਾਇਆ ਗਿਆ ਹਨ ਜਸਾ ਸਿੰਘ ਆਲੂਵਾਲੀਆ ਠੀਕ ਹੈ ਆਲੂਵਾਲੀਆ ਮਿਸਲ ਦਾ ਇੱਕ ਪ੍ਰਸਿੱਧ ਸਰਦਾਰ ਸੀ ਜਸਾ ਸਿੰਘ ਆਲੂਵਾਲੀਆ ਨੰਬਰ 3 ਸਰਬਤ ਖਾਲਸਾ ਦਾ ਸਮਾਗਮ ਡੈਸ਼ ਵਿਖੇ ਬੁਲਾਇਆ ਜਾਂਦਾ ਸੀ ਅੰਮ੍ਰਿਤਸਰ ਦੇ ਵਿੱਚ ਸਿੱਖ ਸੈਨਾ ਵਿੱਚ ਸ਼ਾਮਲ ਹੋਣਾ ਪਸੰਦ ਨਹੀਂ ਕਰਦੇ ਸੀ ਦੀ ਪਿਆਦਾ ਸੈਨਾ ਸੀ ਪੈਦਲ ਸੈਨਾ ਸੀ ਸਿੱਖੋ ਦੇ ਵਿੱਚ ਸ਼ਾਮਲ ਹੋਣਾ ਪਸੰਦ ਨਹੀਂ ਕਰਦੇ ਸੀ ਨੰਬਰ 5 ਦਲ ਖਾਲਸਾ ਦੇ ਸੈਨਿਕ ਦੇਸ਼ ਯੁੱਧ ਪ੍ਰਣਾਲੀ ਨਾਲ ਲੜਦੇ ਸੀ ਗੁਰੀਲਾ ਜਾਂ ਇਹਨੂੰ ਛਾਪਾ ਮਾਰ ਯੁੱਧ ਪ੍ਰਣਾਲੀ ਵੀ ਕਹਿੰਦੇ ਅਗੇ ਠੀਕ ਹੈ ਇਹ ਜੰਗਲਾਂ ਪਹਾੜਾਂ ਦੇ ਵਿੱਚ ਲੁਕ ਜਾਂਦੇ ਸੀ ਜਦੋਂ ਵੀ ਉੱਥੇ ਕੋਈ ਮੁਗਲ ਸਨਾਂ ਲੰਘਦੇ ਸੀ ਤੇ ਅਚਾਨਕ ਹਮਲਾ ਕਰਦੇ ਸੀ ਠੀਕ ਹੈ ਤੇ ਬਾਅਦ ਦੇ ਵਿੱਚ ਦੁਬਾਰਾ ਫੇਰ ਜੰਗਲਾਂ ਪਹਾੜਾਂ ਦੇ ਵਿੱਚ ਜਾ ਛੁਪਦੇ ਸੀ ਇਸ ਤੋਂ ਸਹੀ ਗਲਤ ਨੰਬਰ 1 ਜ਼ਕਰੀਆ ਖਾਨ ਨੇ ਸਿੱਖਾਂ ਨਾਲ 1745 ਵਿੱਚ ਸਮਝੌਤਾ ਕੀਤਾ ਨਹੀਂ ਗਲਤ ਕਦੋਂ ਕੀਤਾ ਸੀ 1733 ਠੀਕ ਹੈ 1733 ਦੇ ਵਿੱਚ ਨੰਬਰ 2 ਦਲ ਖਾਲਸਾ ਦੀ ਸਥਾਪਨਾ ਸਮੇਂ ਸਿੱਖਾਂ ਦੇ ਪੰਜ ਜਥੇ ਬਣਾਏ ਗਏ ਨਹੀਂ ਕਿੰਨੇ ਜਥੇ ਬਣਾਏ ਗਏ ਸੀ 25 ਸਰਬਤ ਖਾਲਸਾ ਦਾ ਭਾਵ ਸਮੁੱਚੀ ਸਿੱਖ ਸੰਗਤ ਸੀ ਹਾਂਜੀ ਇਹ ਸਹੀ ਹੈ ਵੀ ਨੰਬਰ 4 ਦਲ ਖਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਪਿਆਦਾ ਸੈਨਾ ਸੀ ਨਹੀਂ ਠੀਕ ਹੈ ਘੋੜਸਵਾਰ ਸੈਨਾ ਸੀ ਸਾਰ ਨਹੀਂ ਪੂਰੀ ਕਰੋ ਇੱਕ ਪ੍ਰਸ਼ਨ ਨੂੰ ਤੁਹਾਡੀ ਸਹੂਲਤ ਲਈ ਹੱਲ ਕੀਤਾ ਗਿਆ ਹੈਗਾ ਦਲ ਖਾਲਸਾ ਦੀ ਸੈਨਾ ਸੰਬੰਧੀ ਨੁਕਤੇ ਸਭ ਤੋਂ ਪਹਿਲਾਂ ਦੇਖੋ ਪਿਆਦਾ ਸੈਨਾ ਨੇ ਕੀ ਵਿਸ਼ੇਸ਼ਤਾ ਮਸੀ ਪਿਆਦਾ ਸੈਨਾ ਨੂੰ ਹੀਣ ਸਮਝਿਆ ਜਾਂਦਾ ਸੀ ਇਸ ਦੇ ਸੈਨਿਕਾਂ ਦਾ ਕੰਮ ਪੈਰਾ ਦੇਣਾ ਹੁੰਦਾ ਸੀ ਮਤਲਬ ਇਹਦੇ ਵਿੱਚ ਕੋਈ ਵੀ ਸਿੱਖ ਭਰਤੀ ਹੋਣਾ ਨਹੀਂ ਚਾਹੁੰਦਾ ਸੀ ਦੂਸਰਾ ਘੋੜਸਵਾਰ ਸੈਨਾ ਠੀਕ ਹੈ ਘੋੜਸਵਾਰ ਸੈਨਾ ਦਲ ਖਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ ਠੀਕ ਹੈ ਤੇ ਇਸ ਤੋਂ ਬਾਅਦ ਹਰ ਇੱਕ ਸਿੱਖ ਚ ਆਉਂਦਾ ਸੀ ਉਹ ਘੋੜਸਵਾਰ ਸੈਨਾ ਦਾ ਹਿੱਸਾ ਹੋਵੇ ਸਿੱਖਾਂ ਦੇ ਜਿਹੜੇ ਘੋੜੇ ਸੀ ਉਹ ਬਹੁਤ ਕੁਸ਼ਲ ਸਨ ਇਸ ਤਰੀਕੇ ਨਾਲ ਹਥਿਆਰ ਤੇ ਜਿਹੜੇ ਸਿੱਖ ਸੈਨਿਕ ਸੀ ਦਲ ਖਾਲਸਾ ਦੇ ਸੈਨਿਕ ਸੀ ਉਹਨਾਂ ਦੇ ਕੋਲ ਤੋਪਖਾਨੇ ਦੀ ਕਮੀ ਸੀ ਤੇ ਉਹ ਹਥਿਆਰ ਕਿਹੜੇ ਵਰਤੇ ਸੀ ਤਲਵਾਰਾਂ ਵਰਸ਼ੇ ਖੰਡੇ ਨੇਜੇ ਤੀਰਕਮਨ ਇਹਨਾਂ ਦੀ ਵਰਤੋਂ ਵੱਡੇ ਪੱਧਰ ਤੇ ਕਰਦੇ ਸੀ ਕੋ ਬਾਰੂਦ ਦੀ ਥੋੜ੍ਹੀ ਹੋਣ ਕਾਰਨ ਬੰਦੂਕਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ ਬੰਦੂਕਾਂ ਸੀ ਪਰ ਉਹਨਾਂ ਕੋਲ ਨੀ ਮਾਤਰਾ ਵਿੱਚ ਬਾਰੂਦ ਨਹੀਂ ਸੀ ਇਸ ਕਰਕੇ ਉਹਨਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ ਹਾਂ ਜੰਦ ਦੇ ਢੰਗ ਕਿਹੜਾ ਜੰਦ ਵਰਤਦੀ ਸੀ ਉਹ ਗ੍ਰੀਲਾ ਜਾਂ ਛਾਪਾਂ ਮਾਰੀ ਜੰਦ ਪ੍ਰਣਾਲੀ ਠੀਕ ਹੈ ਤੇ ਦਵਾਰਾ ਫਿਰ ਉਹ ਜੰਗਲਾਂ ਪਹਾੜਾਂ ਦੇ ਵਿੱਚ ਸ਼ਰਨ ਲੈ ਲੈਂਦੇ ਸੀ ਠੀਕ ਹੈ ਤੋਪਖਾਨੇ ਦੇ ਵਿੱਚ ਤੁਸੀਂ ਲਿਖੋਗੇ ਵੀ ਸਿੱਖਾਂ ਕੋਲ ਤੋਪਖਾਨੇ ਦੀ ਕਮੀ ਸੀ ਪਹਿਲੇ ਪੁਆਇੰਟ ਦੇ ਵਿੱਚ ਲਿਖੋਗੇ ਸਿੱਖਾਂ ਕੋਲ ਤੋਪਖਾਨੇ ਦੀ ਕਮੀ ਸੀ ਇਸ ਕਰਕੇ ਉਹ ਤਲਵਾਰਾਂ ਨੇਜੇ ਭਾਲੇ ਤੇ ਤੀਰ ਕਮਾਨਾਂ ਦੀ ਵਰਤੋਂ ਹੀ ਜੁੱਧ ਲੜਨ ਦੇ ਲਈ ਕਰਦੇ ਸੀ ਠੀਕ ਹੈ ਇਸ ਤੋਂ ਪਰਤੀ ਦਲ ਖਾਲਸਾ ਦੀ ਸੈਨਾ ਦੇ ਵਿੱਚ ਭਰਤੀ ਹੋਣ ਦੇ ਲਈ ਕੋਈ ਨਿਸ਼ਚਿਤ ਕਾਨੂੰਨ ਨਹੀਂ ਸੀ ਠੀਕ ਹੈ ਨੰਬਰ 1 ਦਲ ਖਾਲਸਾ ਵਿੱਚ ਭਰਤੀ ਹੋਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ ਆਪਣੀ ਵਿਅਕਤੀ ਦੀ ਇੱਛਾ ਸੀ ਉਹ ਦਲ ਖਾਲਸਾ ਵਿੱਚ ਭਰਤੀ ਹੋ ਸਕਦਾ ਸੀ ਤੇ ਦੂਸਰਾ ਉਹ ਜਦੋਂ ਚਾਹੇ ਇੱਕ ਜਥੇ ਨੂੰ ਛੱਡ ਕੇ ਦੂਜੇ ਜਥੇ ਦੇ ਵਿੱਚ ਜਾ ਸਕਦਾ ਸੀ ਇਸ ਤੋਂ ਬਾਅਦ ਤਨਖਾਹ ਦੀ ਗੱਲ ਕਰੀਏ ਸੈਨਿਕਾਂ ਨੂੰ ਕੋਈ ਨਿਸ਼ਚਿਤ ਤਨਖਾਹ ਨਹੀਂ ਮਿਲਦੀ ਸੀ ਮਤਲਬ ਉਹਨਾਂ ਨੂੰ ਵਜ੍ਹਾ ਵੀ ਤਨਖਾਹ ਨਹੀਂ ਮਿਲਦੀ ਸੀ ਜੋ ਵੀ ਉਸ ਸਮੇਂ ਲੁੱਟਮਾਰ ਕੀਤੀ ਜਾਂਦੀ ਸੀ ਉਹਦੇ ਵਿੱਚੋਂ ਇਹਨਾਂ ਨੂੰ ਕੁਝ ਹਿੱਸਾ ਦਿੱਤਾ ਜਾਂਦਾ ਸੀ ਸਖਲਾਈ ਸੈਨਿਕਾਂ ਨੂੰ ਸਖਲਾਈ ਦੇਣ ਦੀ ਟ੍ਰੇਨਿੰਗ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਠੀਕ ਹੈ ਦਲ ਖਾਲਸਾ ਦੇ ਸੈਨਿਕ ਧਾਰਮਿਕ ਜੋਸ਼ ਨਾਲ ਹੀ ਲੜਦੇ ਸੀ ਠੀਕ ਹੈ ਤਾਂ ਇਹ ਪਾਰਟ ਨੰਬਰ 11 ਤੇ 12 ਸੀ ਆਪਣਾ ਦੁਬਾਰਾ ਫਿਰ ਤੁਸੀਂ ਇਹਨੂੰ ਨੋਟ ਕਰ ਲਿਓ ਅਗਰ ਕੋਈ ਕੁਐਸਚਨ ਤੁਹਾਡਾ ਮਿਸ ਹੋ ਗਿਆ ਤੇ ਇਸ ਨੂੰ ਵੇਖ ਕੇ ਆਪਣੀ ਵਰਕਬੁੱਕ ਤੁਸੀਂ ਪੂਰੀ ਕਰ ਲਿਓ ਜਲਦੀ ਆਪਾਂ ਇਹਦਾ ਨੈਕਸਟ ਪਾਰਟ ਆ ਤੁਹਾਡੇ ਲਈ ਉਹ ਵੀ ਲੈ ਕੇ ਆਵਾਂਗੇ ਠੀਕ ਹੈ ਓਕੇ ਜੀ ਥੈਂਕ ਯੂ